ਵਾਰਡ ਨੰਬਰ 74 ਵਿਖੇ ਸਾਬਕਾ ਕੌਂਸਲਰ ਡਾਕਟਰ ਅਨੂਪ ਕੁਮਾਰ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਾਰਡ ਵਿੱਚ ਸਪਰੇਅ ਕਰਵਾਈ ਗਈ ਅਤੇ ਜ਼ਰੂਰਤਮੰਦ ਲੋਕਾਂ ਵਿੱਚ ਰਾਸ਼ਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਉਹਨਾਂ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ। ਅੱਜ ਅਸੀਂ ਸੈਨੇਟਾਈਜ਼ਰ ਸਾਰਾ ਏਰੀਆ ਜਿਹੜਾ ਉਹ ਕਰਵਾ ਰਹੇ ਹਾਂ, ਕਿਉਂਕਿ ਸਵੇਰੇ ਇੱਥੇ ਰਾਸ਼ਨ ਵੰਡਿਆ ਗਿਆ ਸੀ 200 ਦੇ ਕਰੀਬ ਲੋਕਾਂ ਨੂੰ। ਉਸ ਤੋਂ ਬਾਅਦ ਹੁਣ ਪੂਰਾ ਏਰੀਆ, ਇਹ ਜਿਹੜੀ ਸੰਸਥਾ ਅਸੀਂ ਅੱਜ ਆਈ ਹੈ ਸਾਡੇ, ਇਹ ਪੂਰਾ ਏਰੀਆ ਸਾਡਾ ਜੋ ਕਰ ਰਹੇ ਨੇ, ਫਰੀ ਸੇਵਾ ਕਰ ਰਹੇ ਆ ਔਰ ਹਰ ਏਰੀਏ 'ਚ ਜਾ ਕੇ ਕਰ ਰਹੇ ਆ। ਸਵੇਰੇ ਰਣਜੀਤ ਐਵਨਿਊ ਗਏ ਸੀ ਸੀ ਬਲੋਕ 'ਚ, ਉਸ ਤੋਂ ਬਾਅਦ ਹੁਣ ਸਾਡੇ ਵਾਰਡ ਨੰਬਰ 74 ਗੁਰੂ ਨਾਨਕਪੁਰਾ 'ਚ ਆਏ ਨੇ ਔਰ ਪੂਰੀ ਗਲੀਆਂ ਪੂਰਾ ਬਾਜ਼ਾਰ 'ਚ ਕਰ ਰਹੇ ਨੇ।